ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਇਸ ਵੀਡੀਓ ਚ ਮੈਂ ਤੁਹਾਡੇ ਨਾਲ ਕੰਪਿਊਟਰ ਤੇ ਲੇਖ ਰਚਨਾ শেয়ার ਕਰੂੰਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਕੰਪਿਊਟਰ ਵਿਗਿਆਨ ਦੀ ਪ੍ਰਸਿੱਧ ਕਾਰ ਹੈ ਕੰਪਿਊਟਰ ਸਦਕਾ ਅਨੇਕਾਂ ਕੰਮ ਬਹੁਤ ਆਸਾਨ ਹੋ ਗਏ ਹਨ ਕੰਪਿਊਟਰ ਬਿਜਲੀ ਨਾਲ ਚੱਲਦਾ ਹੈ ਇਸ ਦੀ ਵਰਤੋਂ ਅੱਜ ਕੱਲ੍ਹ ਹਰ ਥਾਂ ਤੇ ਹੁੰਦੀ ਹੈ CPU ਨੂੰ ਇਸ ਦਾ ਦਿਮਾਗ ਕਿਹਾ ਜਾਂਦਾ ਹੈ ਇਸ ਰਾਹੀਂ ਜਿੰਨੀਆਂ ਮਰਜ਼ੀ ਸੂਚਨਾਵਾਂ ਸਕ੍ਰੀਨਾਂ ਵਿੱਚ ਭੇਜੀਆਂ ਜਾ ਸਕਦੀਆਂ ਹਨ ਇਹ ਮਨੁੱਖੀ ਇਸ਼ਾਰਿਆਂ ਤੇ ਕੰਮ ਕਰਦਾ ਹੈ ਇਹ حساب ਦੀਆਂ ਵੱਡੀਆਂ ਸੰਖਿਆਵਾਂ ਦੇ ਜੋੜ ਘਟਾਓ ਗੁਣਾ ਅਤੇ ਤਕਸੀਮ ਦੇ ਹੱਲ ਸਕ੍ਰੀਨਾਂ ਵਿੱਚ ਹੀ ਕਰ ਦਿੰਦਾ ਹੈ ਹੁਣ ਬੈਂਕਾਂ ਸਕੂਲਾਂ ਕਾਲਜਾਂ ਦਫ਼ਤਰਾਂ ਰੇਲਵੇ ਸਟੇਸ਼ਨਾਂ ਵੱਡੀਆਂ ਦੁਕਾਨਾਂ ਗੱਲ ਕੀ ਹਰ ਥਾਂ ਤੇ ਇਸਦੀ ਵਰਤੋਂ ਆਮ ਹੋਣ ਲੱਗ ਪਈ ਹੈ ਇਸ ਵਿੱਚ ਇੰਟਰਨੈਟ ਦੇ ਜ਼ਰੀਏ ਪੂਰੀ ਦੁਨੀਆ ਨਾਲ ਜੁੜਿਆ ਜਾ ਸਕਦਾ ਹੈ ਕੰਪਿਊਟਰ ਦੀ ਮਦਦ ਨਾਲ ਅੱਜ ਕਈ ਰੋਗੀਆਂ ਅਤੇ ਅਪਾਹਜਾਂ ਦੀ ਵੀ ਬਹੁਤ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਸਕਦੀ ਹੈ ਇਸ ਦੀ ਮਦਦ ਨਾਲ ਚੱਲਣ ਵਾਲੇ ਸਕੈਨਿੰਗ ਦੇ ਜੰਤਰ ਤਮਨੁਕੀ ਸਰੀਰ ਦੇ ਹਰ ਹਿੱਸੇ ਦੀ ਫੋਟੋ ਝਟਪਟ ਤਿਆਰ ਕਰ ਦਿੰਦੇ ਹਨ ਇਸ ਨਾਲ ਸਰੀਰ ਵਿੱਚਲੀ ਹਰ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ ਜਿਸ ਨਾਲ ਇਲਾਜ ਸੌਖਾ ਤੇ ਵਧੀਆ ਹੋ ਜਾਂਦਾ ਹੈ ਅੱਜ ਕੰਪਿਊਟਰ ਮਨ ਪਰਚਾਵ ਦੇ ਸਾਧਨ ਵਜੋਂ ਵੀ ਵਰਤਿਆ ਜਾਣ ਲੱਗ ਪਿਆ ਹੈ ਇਸ ਰਾਹੀਂ ਅਸੀਂ ਫਿਲਮਾਂ ਆਤ ਦੇਖਦੇ ਹਾਂ ਬੱਚੇ ਇਸ ਤੇ ਅਲੱਗ ਅਲੱਗ ਖੇਡਾਂ ਖੇਡਦੇ ਚਿੱਤਰਕਾਰੀ ਕਰਦੇ ਹਨ ਅੱਜ ਕੱਲ ਬਿਜਲੀ ਪਾਣੀ ਤੇ ਟੈਲੀਫੋਨ ਦੇ ਬਿੱਲ ਵੀ ਇਸ ਦੀ ਸਹਾਇਤਾ ਨਾਲ ਹੀ ਬਣਦੇ ਹਨ ਇਹ ਕਦੇ ਕੋਈ ਗਲਤੀ ਵੀ ਨਹੀਂ ਕਰਦਾ ਅੱਜ ਹਰ ਦਫ਼ਤਰ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਕੰਪਿਊਟਰ ਦੇ ਕਈ ਨੁਕਸਾਨ ਵੀ ਹਨ ਇਸ ਦੀਆਂ ਤੇਜ਼ ਕਿਰਨਾਂ ਅੱਖਾਂ ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ ਕਈ ਲੋਕ ਆਪਣੇ ਸਵਾਰਥ ਲਈ ਇਸ ਦੀ ਦੁਰਵਰਤੋਂ ਵੀ ਕਰਦੇ ਹਨ ਹਰ ਮਨੁੱਖ ਨੂੰ ਕੰਪਿਊਟਰ ਦੀ ਵਰਤੋਂ ਲਈ ਆਪਣੀ ਲੋੜ ਅਨੁਸਾਰ ਬਹੁਤ ਹੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਇਸ ਦੇ ਚੱਜੀ ਵਰਤੋਂ ਦੇ ਲਾਭ ਅਸੀਮ ਹਨ ਤੇ ਚੱਜੀ ਵਰਤੋਂ ਦੇ ਨੁਕਸਾਨ ਵੀ ਬਹੁਤ ਹਨ ਤੇ ਅੱਜ ਦੀ ਵੀਡੀਓ ਚੰਨੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ